ਇੱਕ ਮੌਕਾ ਮਿਲਿਆ ਮਹੇਸ਼ਿੰਦਰ ਸਿੰਘ ਗਰੇਵਾਲ ਦੇ ਬਾਰੇ ਦੱਸਣ ਦਾ। ਇਜ਼ ਅ ਵੈਰੀ ਐਜੂਕੇਟਡ ਪਰਸਨ ਐਂਡ ਲੀਡਰਸ ਉਹੀ ਹੁੰਦੇ ਨੇ, ਉਹੀ ਹੋਣੇ ਚਾਹੀਦੇ ਨੇ ਜਿਹੜੇ ਹੂ ਸ਼ੁਡ ਨੋ ਦਾ ਵੇ ਐਂਡ ਟੇਕ ਅਸ ਟੂ ਦੈਟ। ਐਂਡ ਆਈ ਅਪਰੋਚ ਐਵਰੀ ਵਨ ਜੋ ਵੀ ਹੈਗੇ ਨੇ ਲੋਕੈਲਿਟੀ ਦੇ, ਈਵਨ ਲੋਕੈਲਿਟੀ ਅਪਾਰਟ ਫਰੋਮ ਦੈਟ, ਸਾਰਿਆਂ ਨੂੰ ਚਾਹੀਦਾ ਕਿ ਤਕੜੀ ਨੂੰ ਵੋਟ ਕਰਨ। ਅਕਾਲੀ ਦਲ ਇਜ਼ ਅ ਅਲਾਈਡ ਪਾਰਟੀ ਫੋਰ ਬੀਜੇਪੀ ਐਂਡ ਵੀ ਆਲ ਵਾਂਟ ਮੋਦੀ ਟੂ ਬੀ ਐਟ ਦ ਸੈਂਟਰ। ਅਗਰ ਸਾਰੇ ਚਾਹਤੇ ਕਿ ਮੋਦੀ ਸੈਂਟਰ ਮੇ ਆਏ ਤੋ ਮਹੇਸ਼ਿੰਦਰ ਸਿੰਘ ਗਰੇਵਾਲ ਸ਼ੁਡ ਵਿਨ ਡੈਫੀਨੇਟਲੀ। ਉਨਕੀ ਇਲੈਕਸ਼ਨ ਕੀ ਪ੍ਰਮੋਸ਼ਨ ਕੇ ਲੀਏ ਐਂਡ ਵੀ ਨੋ ਹੀ ਇਜ਼ ਲਾਇਰ ਬਾਏ ਪ੍ਰੋਫੈਸ਼ਨ ਐਂਡ ਐਜ਼ ਵੈਲ ਹੀ ਇਜ਼ ਵੈਰੀ ਐਜੂਕੇਟਡ ਐਂਡ ਆਈ ਐਜ਼ ਪਰ ਮਾਈ ਨੌਲੇਜ ਵੇਅਰ ਆਈ ਨੋ ਹਿਮ ਪਰਸਨਲੀ ਦੈਟ ਹੀ ਇਜ਼ ਵੈਰੀ ਰਿਸਪੋਂਸਿਬਲ ਪਰਸਨ ਐਂਡ ਆਈ ਰਿਕੁਐਸਟ ਐਵਰੀ ਵਨ ਟੂ ਵੋਟ ਹਿਮ ਐਂਡ ਸੋ ਦੈਟ ਹੀ ਵੁੱਡ ਬੀ ਏਬਲ ਟੂ ਸੋਲਵ ਆਲ ਦਾ ਪ੍ਰੋਬਲਮਸ। ਅੱਜ ਅਸੀਂ ਇੱਥੇ ਸਾਰੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜੋ ਲੋਕ ਸਭਾ ਦੇ ਕੈਂਡੀਡੇਟ ਨੇ ਉਹਨਾਂ ਦੇ ਚੋਣ ਪ੍ਰਚਾਰ ਲਈ ਆਏ ਸੀ ਅਤੇ ਇੱਥੇ ਆ ਕੇ ਮੈਂ ਦੇਖਿਆ ਕਿ ਵੈਲ ਐਜੂਕੇਟਡ ਜਿਹੜੀ ਸਾਡੀ ਨਿਊ ਜਨਰੇਸ਼ਨ ਆ ਉਹ ਸਾਰੇ ਸਮਝਦੇ ਨੇ ਕਿ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਐਜੂਕੇਟਡ ਹੋਣ ਦੇ ਨਾਲ ਉਹਨਾਂ ਦੀ ਇੱਕ ਛਵੀ ਹੈ ਕਿ ਉਹ ਬਹੁਤ ਹੀ ਓਨੈਸਟ ਨੇ ਕਿ ਸਾਡੇ ਜਿਹੜੇ ਹੈਗੀਆਂ ਪ੍ਰੋਬਲਮਸ ਹੈਗੀਆਂ ਪੰਜਾਬ ਦੀਆਂ ਲੁਧਿਆਣੇ ਦੀਆਂ ਉਹ ਆਪਣੇ ਸੈਂਟਰ ਵਿੱਚ ਬਹੁਤ ਅੱਛੇ ਢੰਗ ਨਾਲ ਪੇਸ਼ ਕਰ ਸਕਦੇ ਨੇ ਅਤੇ ਸਾਰੇ ਚਾਹੁੰਦੇ ਨੇ ਕਿ ਜੇ ਮੋਦੀ ਸਰਕਾਰ ਬਣਾਉਣੀ ਹੈ, ਅਸੀਂ ਚਾਹੁੰਦੇ ਹਾਂ ਕਿ ਭਾਰਤ ਦੀ ਅੱਗੇ ਆਉਣ ਵਾਲੇ ਸਮੇਂ 'ਚ ਡਿਵੈਲਪਮੈਂਟ ਹੋਵੇ ਅਤੇ ਮੋਦੀ ਸਰਕਾਰ ਜ਼ਰੂਰੀ ਆ। ਇਸ ਲਈ ਜੇ ਮੋਦੀ ਸਰਕਾਰ ਜ਼ਰੂਰੀ ਆ ਤਾਂ ਉਸ ਲਈ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਲੋਕ ਸਭਾ 'ਚ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਜਿਤਾਵਾਂਗੇ ਔਰ ਤੱਕੜੀ ਦਾ ਬਟਨ 19 ਤਰੀਕ ਨੂੰ ਦਬਾਵਾਂਗੇ। ਇਹਨਾਂ ਨੇ ਸਾਨੂੰ ਬਹੁਤ ਭਰੋਸਾ ਦਿੱਤਾ ਔਰ ਸਾਨੂੰ ਬੜਾ ਮਾਣ ਹੈ ਕਿ ਸਾਡੀ ਨਿਊ ਜਨਰੇਸ਼ਨ ਮੋਦੀ ਸਾਹਿਬ ਦੀਆਂ ਸਾਰੀਆਂ ਪਾਲਿਸੀਜ਼ ਨੂੰ ਬਹੁਤ ਪਸੰਦ ਕਰਦੀ ਹੈ। ਧੰਨਵਾਦ। ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।